ਪਾਜੀ ਕਟਿੰਗ ਹੋਣ ਲਗੀ ਸ਼ੁਰੂ ਅੱਲਾ ਖੈਰ ਕਰਦਾ ਤੇ ਕਰ ਲੋ ਕਟਿੰਗ ਤੁਸੀਂ ਇਹਨੂੰ ਸਿੱਧੀ ਪਤਰੀ ਕਰੀ ਜਾਂਦੇ ਆ ਕਿ ਕਟਿੰਗ ਕੋਦੋਂ ਕਰਨੀ ਤੁਸੀਂ ਕੱਪੜਾ ਹੀ ਹੋ ਸਾਰੀ ਟਾਈਮ ਕਰਨੀ ਪਾਜੀ ਕੱਪੜਾ ਹੀ ਹੋਵੇ ਤਾਂ ਪ੍ਰੈਸ ਕਰਕੇ ਸਿੱਧਾ ਕਰਕੇ ਫੇਰ ਹੀ ਕਟਿੰਗ ਕਰਾਂਗੇ ਨਾ ਚਲੋ ਬਰਹਾਲ ਛੇਤੀ ਕਰ ਲੋ ਮਗਰ ਦਿਨ ਕੁਛ ਨਹੀਂ ਰਹਿ ਗਿਆ ਅੱਲਾ ਖੈਰ ਕਰੇਗਾ ਇਨਸ਼ਾ ਅੱਲਾ ਸਾਰਾ ਇਹ ਦੋ ਦੋ ਦਿਨ ਪਹਿਲੇ ਸਾਰਾ ਕੰਮ ਚਕਾਉਣਾ ਤੁਸੀਂ ਹੁਣ ਨਵਾਂ ਕੰਮ ਨਾ ਫੜਿਆ ਜੇ ਨਵਾਂ ਕੰਮ ਕਿਉਂ ਨਾ ਫੜੀਏ ਪਾਜੀ ਗਿਆ ਨਵਾਂ ਕੰਮ ਨਾ ਫੜਿਆ ਜੇ ਰਸ਼ ਦੇਖੋ ਕਿੰਨਾ ਪਿਆ ਹੋਇਆ ਵਾ ਸਾਡੇ ਦੋ ਹਾਥੀ ਨੇ ਬਸ ਅਸੀਂ ਇਨਸਾਨ ਆ ਕੰਪਿਊਟਰ ਨਹੀਂ ਹੈਗੇ ਥੱਕ ਜਾਂਦਾ ਬੰਦਾ ਕੀ ਹੋ ਗਿਆ ਤੁਹਾਨੂੰ ਤੁਸੀਂ ਜ਼ਰਾ ਖਿਆਲ ਕਰੋ ਸਾਡਾ ਵੀ ਥੱਕ ਜਾਂਦਾ ਤੂੰ ਕੀ ਖਾਤੇ ਜੇ ਦੌੜ ਦੌੜ ਕੇ ਸਲਾਈਆਂ ਲਾਉਣਾ ਉਹ ਲੈਦਾ ਹੀ ਥੱਕ ਜਾਂਦਾ ਸਾਰੇ ਕੰਮ ਕਰਨ ਦਾ ਹੈ ਉਹ ਭਾਈ ਸਾਰੇ ਅੰਦਰੋਂ ਦੀ ਥੱਕ ਜਾਂਦੇ ਤੁਹਾਡੇ ਤੋਂ ਡਰਦੇ ਤੁਹਾਡੇ ਕੋਲ ਬੋਲਦੇ ਨਹੀਂ ਹੈਗੇ ਬੋਲਦੇ ਨਹੀਂ ਪੈਸੇ ਨਹੀਂ ਲੈਣੇ ਤੇ ਪੈਸੇ ਲੈਣੇ ਉਹਨਾਂ ਦਾ ਕੰਮ ਕਰਕੇ ਪੈਸੇ ਲੈਣੇ ਨਹੀਂ ਉਹਨਾਂ ਨੂੰ ਤੁਸੀਂ ਵਾਅਦਾ ਕਰਦੇ ਤੇਰੇ ਫालतੂ ਦੇ ਨੇ ਪੈਸੇ ਜਦੋਂ ਤੈਨੂੰ ਵੇਖ ਲਓ ਪ੍ਰੈਸ ਹੀ ਮਾਰਦਾ ਰਹਿਣਾ ਪ੍ਰੈਸ ਕਾ ਮੂਜੂ ਪ੍ਰੈਸ ਦਾ ਵਾ ਤਦੋਂ ਪ੍ਰੈਸ ਹੀ ਕਰਨਾ ਛੇਤੀ ਕਰਿਆ ਕਰ ਅਲੈਕੁਮ ਅਸਸलाम ਵਾਹਿਗੁਰੂ ਜੀ ਬਸ ਬਸ ਠੀਕ ਹੈ ਇਦਾਂ ਹੀ ਹੱਥ ਖਰਾਬ ਹੋ ਗਏ ਔਰ ਸਿਹਤ ਵੀ ਠੀਕ ਹੈ ਸ਼ੁਕਰ ਅੱਲਾਹ ਸੂਟ ਸਵਾਣੇ ਸੌਰੀ ਸਰ ਹੋਣਾ ਨਾ ਅਸੀਂ ਬੁਕਿੰਗ ਬੰਦ ਕਰ ਦਿੱਤੀ ਹੈ ਮਗਰ ਦਿਨ ਕੁਝ ਨਹੀਂ ਰਹਿ ਗਏ ਆ ਵੇਖੋ ਨਾ ਕੰਮ ਕਿੰਨਾ ਸਿਰ ਤੇ ਚੜਿਆ ਹੈ ਸਿਰ ਤੇ ਉਹ ਭਾਜੀ ਸਿਰ ਚੜਨ ਵਾਲੀ ਗੱਲ ਹੈ ਨਾ ਜਿਨ੍ਹਾਂ ਦੇ ਕੁਝ ਕੱਪੜੇ ਫੜੇ ਨੇ ਉਹਨਾਂ ਨੂੰ ਟਾਈਮ ਨਾ ਕੋਈ ਸ਼ੈ ਨਹੀਂ ਤੁਹਾਡੇ ਨਾ ਉਹਦੇ ਸਿਰ ਤੇ ਕੋਈ ਸ਼ੈ ਆ ਨਾ ਤੁਹਾਡੇ ਉਹ ਭਾਜੀ ਗੱਲ ਕਰਨ ਦਾ ਮਕਸਦ ਇਹ ਆ ਕਿ ਹੁਣ ਬੁਕਿੰਗ ਅਸੀਂ ਬੰਦ ਕਰ ਦਿੱਤੀ ਹੈ ਜਿਹੜਾ ਅਸੀਂ ਪਹਿਲੇ ਕੰਮ ਫੜਿਆ ਸੀ ਇਹ ਹੀ ਭਗਤੋਣਾ ਨੇ ਬੰਦ ਕਦੋਂ ਬੁਕਿੰਗ ਆਏ ਨੇ ਬੰਦੇ ਕੰਮ ਕਰਨ ਦੇ ਉਹ ਮੈਂ ਕਿਹਾ ਭਾਜੀ ਅਸੀਂ ਨਵਾਂ ਕਪੜਾ ਕੋਈ ਨਹੀਂ ਫੜ ਰਹਾ ਤੇ ਪੁਰਾਣੇ ਲਿਆ ਦੀ ਉਹ ਭਾਜੀ ਨਵੇਂ ਹੋਣ ਜਾਂ ਪੁਰਾਣੇ ਹੋਣ ਕਿਤੇ ਸਾਲ ਪਹਿਲਾਂ ਲੈ ਕੇ ਆ ਜੇ 2 ਸਾਲ ਪਹਿਲੇ ਏਡੀ ਜਲਦੀ ਸਵਾਉਣ ਆ ਗਏ ਜੇ ਦੋ ਚਾਰ ਸਾਲ ਹੋਰ ਠਹਿਰ ਜਾਓ ਓਏ ਆਹੋ ਏਡੀ ਕਾਦੀ ਕਾਣ ਪਈ ਇਹ ਜੀ ਇਹ ਮੇਰਾ ਇੱਥੇ ਕਾਰੀਗਰੀ ਹੈ ਕੀ ਕੰਮ ਹੈ ਦਾ ਇਹਦਾ ਜੀ ਇਹ ਮੇਰੇ ਤੋਂ ਬਾਅਦ ਇਹੀ ਹੈ ਸਮਝ ਲਓ ਇੱਥੇ ਦਾ ਕਰਤਾ ਦਰਤਾ ਨਹੀਂ 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 ਬਣਦਾ ਨਹੀਂ ਕੀ ਕਿ ਉਹ ਨਹੀਂ ਬੰਦਾ ਮੈਨੂੰ ਤੁਸੀਂ ਹੁਣ ਤੁਸੀਂ ਲੱਗਣ ਡਏ ਆ ਕਿ ਦਰਜੀ ਆ ਤੇ ਹੈੱਡ ਦਰਜੀ ਆ ਮਤਲਬ ਤੂੰ ਨਹੀਂ ਲੱਗਦਾ ਆਮ ਸੌਰੀ ਯਰ ਚਲੋ ਇਹ ਤੁਸੀਂ ਦਰਜੀ ਦਰਜੀ ਨਹੀਂ ਲੱਗ ਰਿਹਾ ਹੈ ਹੋਰ ਤੁਹਾਨੂੰ ਮੈਂ ਦਿਲ ਦਾ ਡਾਕਟਰ ਲੱਗਦਾ ਦਰਜੀ ਕਿ ਇਹੋ ਜਿਹਾ ਹੁੰਦੇ ਮੈਨੂੰ ਦੱਸ ਦਿਓ ਅਸੀਂ ਓਵੇਂ ਦਾ ਬਣ ਕੇ ਬਤਾ ਦਈਏ ਤੁਹਾਨੂੰ ਆਪ ਕੋ ਦੋ ਸਾਫੇ ਦਾ ਦਿਲ ਕੱਢ ਕੇ ਬਾਹਰ ਬੈਠਾ ਕੇ ਉਹਦੀਆਂ ਸਲਾਈਆਂ ਰਹਿ ਗਈਆਂ ਉਹਦਾ ਨਹੀਂ ਤੁਸੀਂ ਉੱਤੇ ਨੂੰ ਜਾ ਰਹੇ ਹੋ ਹਾਂਜੀ ਮਤਲਬ ਤੁਸੀਂ ਦਰਜ਼ੀਆਂ ਤੋਂ ਉੱਪਰ ਵਾਲੇ ਮਤਲਬ ਵਾਦੇ ਨੂੰ ਪੈ ਰਹੇ ਆ ਇਹਨੂੰ ਥੱਲੇ ਲਿਆਓ ਮਤਲਬ ਕਿ ਇਹ ਅੱਛਾ ਨਹੀਂ ਲੱਗ ਰਿਹਾ ਇਹਨਾਂ ਕਾ ਦਿਲ ਦਾ ਡਾਕਟਰ ਬਣਾਤਾ ਇਹਨੂੰ ਇਹ ਮਤਲਬ ਕਿ ਦਰਜ਼ੀਆਂ ਤੋਂ ਵੀ ਬਹੁਤ ਕਿਤੇ ਥੱਲੇ ਆਉ ਨਾ ਤੁਸੀਂ ਕਿ ਚਲੋ ਦਫਾ ਕਰੋ ਤੁਸੀਂ ਇਹਨੂੰ ਸਫਾਈ ਵਾਲਾ ਸਮਝ ਲਓ ਚਲੋ ਮੈਂ ਦਫਾ ਕਰਤਾ ਤੈਨੂੰ ਯਾਰ ਉਹ ਤਾਂ ਲੱਗ ਰਿਹਾ ਕਿ ਨਹੀਂ ਸਫਾਈ ਵਾਲਾ ਲੱਗ ਰਿਹਾ ਹਾਂ ਇਹ ਇਹ ਦੇਖੋ ਨਾ ਰਲਦੀ ਮਿਲਦੀ ਗੱਲ ਤਾਂ ਕੋਈ ਨਹੀਂ ਹੁਣ ਠੰਡ ਪੈ ਜੂ ਹੁਣ ਠੰਡ ਪੈ ਜੂਗੀ ਬਕਵਾਸ ਆਪਣੀ ਬੰਦ ਕਰਿਆ ਕਰ ਯਾਰ ਗਾਹ ਕਰ ਨਾਲ ਇਦਾਂ ਗਾਹ ਗਾਇਆ ਵਾ ਭਾਜੀ ਤੁਸੀਂ ਮੈਨੂੰ ਸਫਾਈ ਵਾਲਾ ਬਣਾਉਂਦੇ ਮੈਂ ਤੁਹਾਡਾ ਮੇਨ ਕਾਰੀਗਰ ਦਰਜ਼ੀ ਆ ਤੁਹਾਡਾ ਇੰਨਾ ਕਿ ਤਜਰਬਾ ਹੋ ਗਿਆ ਕਿ ਅੱਖਾਂ ਮੀਟ ਕੇ ਜਦੋਂ ਮਸ਼ੀਨ ਦੇ ਥੱਲੇ ਸੋੜਦੇ ਸੂਟ ਆਪੇ ਸੀਮ ਕੇ ਬਾਹਰ ਆ ਜਾਏ ਤੁਸੀਂ ਕੈਸੀ ਗੱਲ ਤੂੰ ਕਿੰਨੀਆਂ ਕੱਖਾਂ ਮਿਟਣੀਆਂ ਤੇਰੀਆਂ ਆਪਣੀਆਂ ਅੱਖਾਂ ਆਪਸ ਚ ਨਹੀਂ ਰਲਦੀਆਂ ਤੂੰ ਕਿੰਨੀਆਂ ਕ ਮਿਟ ਲੈਣੀਆਂ ਅੱਖਾਂ ਅੱਖਾਂ ਮਿਟੀਆਂ ਲਿਆਦਾ ਭਾਜੀ ਬੁਕਿੰਗ ਬੰਦਾ ਸੀ ਮਾਸਰਾ ਚਾਹਨੇ ਲਵੋ ਜ਼ਰਾ ਨਹੀਂ ਨਹੀਂ ਇਹ ਨਹੀਂ ਭਾਜੀ ਹੋਣ ਨਹੀਂ ਇਦੋਂ ਬਾਅਦ ਨਹੀਂ ਨਹੀਂ ਇਦੋਂ ਬਾਅਦ ਮਤਲਬ ਕਿ ਕੀ ਹੈ ਅਸੀਂ ਨਵੇਂ ਸੂਟ ਪਾ ਕੇ ਫਿਰਨੇ ਆਂ ਭਾਈ ਤੁਹਾਡੇ ਗਾਹਕ ਤੇ ਭਾਜੀ ਤੂੰ ਕੀ ਲੱਭਣ ਡਿਆ ਯਾਰ ਤੂੰ ਇੱਥੋਂ ਤੇਰਾ ਕੀ ਗੁਆਚ ਗਿਆ ਮਤਲਬ ਸਾਨੂੰ ਗੱਲ ਕਰਨ ਦੇ ਤੂੰ ਕਦੀ ਇੱਧਰ ਨੂੰ ਹੋ ਜੰਨਾ ਕਦੀ ਇੱਧਰ ਨੂੰ ਹੋ ਜੰਨਾ ਕਿੱਥੇ ਰੱਖਿਆ ਕੂੜਾ ਆਪਣਾ ਤੂੰ ਭਾਈ ਸਮਝਾਉ ਸੁ ਯਾਰ ਕੀ ਹੋ ਗਿਆ ਮੈਂ ਕੀ ਸਮਝਾਵਾਂ ਸਮਝ ਲੱਗੀ ਨਾ ਐਵੇਂ ਤੂੰ ਰਾਸ਼ਦਾ ਦੇਨੇਗਾ ਕਿ ਹੋਰ ਡਰਾਮਾ ਲੱਗ ਜਾਏਗਾ ਇੱਥੇ ਸਾਡਾ ਬਕਵਾਸ ਆ ਬੜੀ ਘੱਟ ਕਰਿਆ ਕਰ ਕਸਟਮਰ ਆ ਉਹ ਕਹਿੰਦੇ ਪਏ ਆ ਕਿ ਅਸੀਂ ਤੁਹਾਡੇ ਕੋਲ ਯਾਰ ਭਾਈਨ ਕਸਟਮਰ ਤੇ ਕਸਟਮਰ ਵਾਲੀ ਅਗਲਾ ਕਰੇ ਨਾ ਉਹ ਟੈਗ ਕਿਉਂ ਕਰ ਰਿਹਾ ਬਦ ਬਦ ਕੇ ਤੁਸੀਂ ਨਾ ਭਾਜੀ ਇਹਨੂੰ ਛੇੜੋ ਅਸਲ ਚ ਨਾ ਇਹਨਾਂ ਦੀ ਮਤ ਵੱਜੀ ਪਈ ਆ ਕੱਪੜੇ ਸੀ ਸੀ ਕੇ ਦਿਨ ਰਾਤ 24 ਘੰਟੇ ਇੱਥੇ ਹੀ ਹੁੰਦੇ ਨੇ ਲਵੋ ਭਾਈਨ ਸੀਓ ਬਿਸਮਿਲ੍ਲਾ ਕਰਕੇ ਉਹ ਨਹੀਂ ਭਾਜੀ ਹੁਣ ਨਹੀਂ ਅਸੀਂ ਸੀ ਸਕਦੇ ਜੇ ਇਦੋਂ ਬਾਅਦ ਤੁਹਾਨੂੰ ਚਾਹੀਦੇ ਆ ਤੇ ਮਿਲ ਜਾਣਗੇ ਅੱਛਾ ਕੁਰਤਾ ਜਿਹੜਾ ਹੈ ਨਾ ਮੇਰਾ ਉਹ ਜ਼ਰਾ ਤਰੀਜ਼ਾਂ ਵਾਲਾ ਸੀ ਦੇਣਾ ਜ਼ਰਾ ਸੋਨਾ ਜਿਹਾ ਰੱਖ ਕੇ ਮਤਲਬ ਮੇਰੇ ਵਿੱਚ ਕਿਉਂ ਐਦਾ ਫਿਰਦਾ ਐ ਭਰਾਵਾ ਕੀ ਮਸਲਾ ਤੈਨੂੰ ਤੂੰ ਉਧਰ ਦੀ ਲੰਘ ਜਾ ਕੀ ਤਕਲੀਫ ਆ ਤੈਨੂੰ ਇੱਧਰ ਮੇਰੇ ਕੋਲ ਆ ਜਾ ਯਾਰ ਭਾਜੀ ਖੁਦਾ ਦੀ ਕਿਸਮਤ ਦੀ ਥੱਕੇ ਹੋਏ ਆ ਸਾਰੇ ਦਿਨ ਰਾਤ ਜਾਗ ਜਾਗ ਕੇ ਤੂੰ ਭਾਈ ਬਹੁਤੇ ਗੱਲਾਂ ਸੁਣਾਈ ਜਾਂਦਾ ਅਸੀਂ ਤਾਂ ਕੰਮ ਸੀਮਿੰਟ ਦਾ ਟਰੱਕ ਆਇਆ ਸੀ ਇੱਥੇ ਜਿਹੜਾ ਤੂੰ ਲਾਇਆ ਤੱਕ ਬੰਦ ਕਾਹਦੇ ਨਾਲ ਥੱਕੇ ਆਇਆ ਤੂੰ ਮਤਲਬ ਕੱਪੜੇ ਸੀ ਕੇ ਬੰਦਾ ਕਿੰਨਾ ਕ ਥੱਕ ਜਾਂਦਾ ਸਰ ਜੀ ਤੁਹਾਨੂੰ ਨਹੀਂ ਪਤਾ ਹੈਗਾ ਇੱਥੇ 24 ਘੰਟੇ ਦਾ ਕੰਮ ਆ ਜ਼ੋਰ ਬੜਾ ਕੰਮ ਦਾ ਸਮਝ ਲੱਗੀ ਨਾ ਅਸੀਂ ਦੱਸੋ ਭਾਈ ਆਪ ਹੀ ਦੱਸੋ ਉਹ ਭਾਜੀ ਹੁਣ ਨਾ ਅਸਲ ਦੇ ਵਿੱਚ 24 ਘੰਟੇ ਬੰਦੇ ਕੰਮ ਕਰ ਰਹੇ ਨੇ ਜਿਹੜਾ ਅਸੀਂ ਕੰਮ ਪਹਿਲੇ ਫੜ ਲਿਆ ਨਾ ਅਸੀਂ ਉਹੀ ਭਗਤਾਨ ਕਰ ਰਹੇ ਆ ਤੇ ਯਾਰ ਪੈਸੇ ਕਮਾ ਰਹੇ ਹੋ ਤੁਸੀਂ ਕਿਸ ਤੇ ਹਸਾਨ ਕਰ ਰਹੇ ਹੋ ਯਾਰ ਉਹ ਤੇ ਅੱਲਾਹ ਪਾਕ ਦਾ ਸ਼ੁਕਰ ਆ ਲੇਕਿਨ ਸਰ ਅਸੀਂ ਨਹੀਂ ਲੇਕਿਨ ਆ ਦੋ ਸੂਟ ਨੇ ਚਲੋ ਇੱਕ ਇੱਕ ਤੁਸੀਂ ਸੀਦੇ ਹੋ ਬੰਦਾ ਇੱਕ ਤੁਸੀਂ ਸੀ ਲੋ ਤੇ ਇੱਕ ਨਹੀਂ ਤੂੰ ਨਹੀਂ ਸੀਣਾ ਮੇਰਾ ਮੈਂ ਇੱਥੇ ਮੇਰਾ ਸੂਟ ਨਾ ਸਿਪੇ ਪੂਰੇ ਪਾਕਿਸਤਾਨ ਦੇ ਦਰਜੀ ਜਿਹੜੇ ਕੱਪੜੇ ਨਾਲ ਸਾਂਗਿ अच्छा लेकिन मैं तेरे को नहीं सुवाणा फिर तूसी पाजी जेद को नहीं ना सुवाणा ते फिर इदो बाद ही मिललेया कारीगर कोई नहीं, नहीं मिला एक गल करो एक काम करो मेनना हां जी तूसी सूट मेरा ਫੜ ਲੋ ਮੇਰੇ ਕੋਲ ਨਾ ਓਲੇ ਚਿਤ ਕੋ ਸੰਭਾਲ ਲਿਓ ਸਵਾ ਕੇ ਤੁਸੀਂ ਮੈਨੂੰ ਕਹਿ ਦਈਓ ਕਿ ਯਾਰ ਮੈਂ ਸੀਤਾ ਚਲੋ ਫਿਰ ਤੇ ਮਤਲਬ ਲੇਕਿਨ ਅੱਖ ਹੀ ਦੇਖੀ ਨਾ ਮੱਖੀ ਨਹੀਂ ਪਾਜੀ ਖਾਦੀ ਜਾਂਦੀ ਪਾਜੀ ਬੁਰਾ ਨਾ ਮਨਾਣਾ ਜਿਵੇਂ ਤੁਸੀਂ ਗੱਲਾਂ ਕਰਨ ਦਾ ਸੀ ਸੂਟ ਛੱਡ ਕੇ ਤੁਹਾਨੂੰ ਫੜ ਲੈਣਾ ਤੇ ਨਾ ਬੈਨ ਮਜ਼ੇਦਾਰ ਜਿਹਾ اچھا ਮੈਂ ਜਿਲੇ ਤੇਰੇ ਮੂੰਹ ਵਾਲ ਦੇਖਦਾ ਨਾ ਮੈਂ ਮਜ਼ੇਦਾਰ ਵੀ ਨਹੀਂ ਮੇਰੇ ਕੋ ਕਿਆ ਗਿਆ ਮਤਲਬ ਕਿ ਮੈਂ ਕਹਿਣ ਲੱਗਾ ਸੀ ਬੈਨ ਮਜ਼ੇਦਾਰ ਜਆ ਜਿਲੇ ਮੈਂ ਇੰਜ ਕਰਕੇ ਦੇਖਿਆ ਹੈ ਨਾ ਮਜ਼ੇਦਾਰ ਮੇਰਾ ਵਿਚੇ ਹੀ ਰਹਿ ਗਿਆ ਐ ਪਣ ਬੈਨ ਜ਼ਰਾ ਖੂਬਸੂਰਤ ਜਆ ਕਰਕੇ ਲਾ ਦੇਣਾ ਇਨਸ਼ਾਅੱਲਾ ਇਹ ਦੋ ਬਾਦ ਖੂਬਸੂਰਤ ਜਆ ਕਰਕੇ ਲਾ ਨੀ ਨੀ ਇਦੋਂ ਪਹਿਲੇ ਹੀ ਲਾ ਦਿਓ ਨੀ ਨੀ ਇਦੋਂ ਪਹਿਲੇ ਨਹੀਂ ਭਾਜੀ ਲਗਣਾ ਘੇਰਾ ਗੋਲ ਚਾਲਚੂਲ ਪਾਉਣੇ ਹੁੰਦੇ ਇਹਦੇ ਸੂਟ ਦੀ ਗੱਲ ਹੋਣੀ ਭਾਜੀ ਤੁਹਾਡੀ ਗੱਲ ਕਰਨ ਨਾ ਭਾਜੀ ਮੇਰਾ ਚੌਰਸ ਆ ਆ ਇਹ ਚਵਾਵਾ ਪੈ ਜਾਂਦੇ ਚਲ ਡੁਲਦੇ ਵੀ ਨਹੀਂ ਤਾਨੂੰ ਬਾਈਂ ਕਿਸੇ ਨੇ ਦੱਸ ਕੇ ਕੱਲਿਆ ਵੀ ਉੱਥੇ ਮੇਰੇ ਸਿਰੇ ਰਹਿਣਾ ਤੁਸੀਂ ਐਨਾ ਕੰਮ ਮੇਰੇ ਸਿਰ ਤੇ ਆ ਤਾਂ ਸਾਨੂੰ ਨੇ ਬੇੜਨ ਦਿਓ ਕੰਮ ਤੁਹਾਡੀ ਬੜੀ ਮਿਹਰਬਾਨੀ ਇਹ ਬੈਨ ਖੂਬਸੂਰਤ ਕੇਰਾ ਗੋਲ ਪੌਗਟ ਤੇ ਟੱਕਲ ਲਾਉਣਾ ਕਿ ਨਹੀਂ ਲਾਉਣਾ ਇਹ ਗੱਲਾਂ ਬਾਅਦ ਹੁੰਦੀਆਂ ਡਬਲ ਪਾਕਟ ਸੂਟ ਸੀ ਨਾ ਜੀ ਅੱਛਾ ਜੀ ਹਾਂ ਜੀ ਬੈਂਕ ਮੁਲਾਜ਼ਮ ਹੋ ਤੁਸੀਂ ਬੈਂਕ ਮੁਲਾਜ਼ਮ ਮਤਲਬ ਉਹ ਯਾਰ ਇਹ ਹੁਣ ਇੱਕ ਪਾਕਟ ਵਾਲਾ ਹੀ ਚੱਲ ਰਿਹਾ ਉਹ ਵੀ ਨਹੀਂ ਹੁਣ ਲੱਗਦੀ ਸਾਈਡਾਂ ਤੇ ਦੋ ਲੱਗਦੀਆਂ ਉਹ ਯਾਰ ਮੇਰੀ ਜ਼ਮਾਨੇ ਦੇ ਨਾਲ ਚੱਲਣਾ ਚਾਹੀਦਾ ਮੈਂ ਜ਼ਮਾਨੇ ਦੇ ਨਾਲ ਕਿਉਂ ਚੱਲਾਂ ਤੂੰ ਜ਼ਮਾਨੇ ਦੇ ਨਾਲ ਚੱਲ ਤੈਨਾਂ ਮਸ਼ੀਨ ਮੇਰੀ ਪਸੰਦ ਹੀ ਹੋਣੀ ਚਾਹੀਦੀ ਏ ਜੇ ਤੇ ਆ ਜਿਹੜੀਆਂ ਪੁਰਾਣੇ ਸਟਾਈਲ ਦੀਆਂ ਮਸ਼ੀਨਾਂ ਨੇ ਨਾ ਜੀ ਇਹ ਤੇ ਨਹੀਂ ਸੀਣਾ ਸੂਟ ਕਿਉਂ ਇਹ ਗਲਾਂ ਘੜਦੀਆਂ ਇਹਨਾਂ ਤੇ ਕਿਉਂ ਨਹੀਂ ਸੀਣਾ ਨਹੀਂ ਨਹੀਂ ਮਤਲਬ ਕਿ ਆ ਦੇਖੋ ਨਾ ਆ ਜੋ ਆਇਕ ਇੱਕ ਫੜ ਲਓ ਤੁਸੀਂ ਉਹ ਯਾਰ ਤੂੰ ਕਦੋਂ ਸਾਡੇ ਵਾਸਤੇ ਕੋਈ ਕੀ ਲੈ ਕੇ ਤਬਰਕ ਲੈ ਕੇ ਆਇਆ ਤੂੰ ਧਾਗਾ ਇਹ ਮਤਲਬ ਕਿ ਐਦਾਂ ਦਾ ਅੱਛਾ ਤਾਂ ਗੱਲ ਹੋਣਾ ਐਦਾਂ ਦੀ ਮਸ਼ੀਨ ਜਿਹੜੀਆਂ ਫੈਂਸੀ ਨਹੀਂ ਜਿਹੜੀਆਂ ਅੱਜ ਕੱਲ ਮਤਲਬ ਕਿ ਅੰਗਰੇਜ਼ਾਂ ਅੰਗੂਜ਼ਾ ਵਾਲੀਆਂ ਉਹ ਜਿਹੜੀਆਂ ਆਪਣੀਆਂ ਨੂੰ ਨਹੀਂ ਕੁੱਪੀ ਨਾਲ ਤੇਲ ਦੇਈਦਾ ਹੁੰਦਾ ਹਾਂਜੀ ਉਹ ਨਹੀਂ ਉਹ ਤੇ ਨਹੀਂ ਸੀਣਾ ਇੱਥੇ ਕਿਉਂ ਸੀਣਾ? ਇਹ ਤੇਲ ਤੋਲ ਦਿੰਦਾ ਹੈ ਮਸ਼ੀਨਾਂ ਨੂੰ ਮੁੰਡਾ ਇੱਥੇ। ਉਹ ਯਾਰ ਤੈਨੂੰ ਉਹ ਕੋਈ ਡੀਜ਼ਲ ਦੀ ਬੋਆ ਆਉਂਣੀ ਹੈ। ਤੁਸੀਂ ਉਹ ਤੋਂ ਹੱਥ ਚੱਕ ਲਓ ਅਸੀਂ ਤੁਹਾਨੂੰ ਕਿੰਨੇ ਪਾਏ ਆ ਕਿ ਤੁਸੀਂ ਇਹ ਸੂਟ ਬੜੋ। ਇਹ ਇਦੋਂ ਬਾਅਦ ਮਿਲਨੇ ਆ ਜਾਂ ਦੇਣੇ ਆ ਤੇ ਕਿ ਉਸ ਮਸ਼ੀਨ ਤੇ ਨਾ ਸੀ ਲਈ ਆਪਾਂ। ਨਹੀਂ ਯਾਰ ਆ ਕੇ ਨਾ ਆ ਬੈ ਕੇ ਸੀਲਾ ਜਿੱਤੇ ਦਿਲ ਕਰਦਾ। ਆ ਜਾ ਤੈਨੂੰ 2 ਘੰਟੇ ਦੇ ਦਿੰਨੇ ਆ ਸੀਲਾ। ਸਾਡੀ ਗੱਲ ਹੀ ਨਹੀਂ ਸੁਣਨ ਦੇ ਯਾਰ ਤੂੰ। ਐਸ ਇੱਥੇ ਸੀਏ ਮੈਂ ਕਹਿੰਦਾ। ਆ ਇੱਥੇ ਸੀਲਾ ਬਹਿ ਜਾ। ਆ ਲੈ। ਸੀਲਾ ਇੱਥੇ। ਬਹਿ ਜਾ ਇੱਥੇ। ਅਜੀਬ ਗੱਲਾਂ ਕਰਨ ਰਿਹਾ ਯਾਰ ਤੂੰ ਕਿੰਨੀ ਸਲਾਈ 2 ਸਾਲ ਪਹਿ ਹੈ ਕਿੰਨੀ ਸਲਾਈ ਚੱਲ ਰਹੀ ਹੈ ਸਲਾਈ ਚੱਲ ਰਹੀ ਹੈ ਸਾਦੇ ਦੀ 2200 ਰੁਪਇਆ ਤੇ ਜਿਹੜਾ ਕੋ ਫੈਂਸੀ ਫੋਨ ਸੀ ਕਢਾਈ ਘਡੂਈ ਕਰਾਉਣੀ ਹੈ ਕਫਾਂ ਤੇ ਜਾਂ ਬੈਨਬੂਨ ਤੇ ਹੋਰ ਰੁਪਇਆ 3500 ਮੈਂ ਡਾਂਸਰ ਹਾਂ ਮੈਂ ਕਢਾਈ ਕਾਤੋਂ ਕਰਾਉਣੀ ਮਤਲਬ ਮਰਦ ਦਾ ਸੂਟ ਸਾਦਾ ਹੀ ਹੁੰਦਾ ਕਢਾਈਆਂ ਮਤਲਬ ਮੈਨੂੰ ਕੀ ਹੈ ਨਾਚਾਂ ਮੈਂ ਮਤਲਬ ਐਡਾ 6 ਫੁੱਟ 2 ਇੰਚ ਦਾ ਬੰਦਾ ਤੁਸੀਂ ਕਦੀ ਦੇਖਿਆ ਹੋਵੇ ਕੋਈ ਅਸੀਂ ਤੁਹਾਨੂੰ ਕਦੋਂ ਗਿਆ ਭਾਜੀ ਅਸੀਂ ਟੇਪ ਲਾਉਨੇ ਆ ਜਰਾ ਦੋ ਪੈਰ ਦਿਖਾਓ ਅਸੀਂ ਤੁਹਾਨੂੰ ਇਹ ਕਦੋਂ ਗੱਲ ਕੀਤੀ ਹੈ ਭਾਜੀ ਤੁਸੀਂ ਆਪ ਹੀ ਕਹੀ ਜਾਂ ਇਹ ਫੈਸ਼ਨ ਹੁੰਦਾ ਹਰ ਬੰਦੇ ਦਾ ਦਿਲ ਹੁੰਦਾ ਯਾਰ ਤੇਰੇ ਮੂੰਹ ਚੋਂ ਪਤਾ ਨਹੀਂ ਕਿਉਂ ਮੈਨੂੰ ਫੈਸ਼ਨ ਵਾਲੀ ਗੱਲ ਵੀ ਭੈੜੀ ਜੀ ਲੱਗੀ ਏ ਮਤਲਬ ਕੋਈ ਗੱਲ ਫੱਬੀ ਨਹੀਂ ਪ੍ਰੋਫੈਸ਼ਨ ਵਾਲੀ ਵੈਸੇ ਹੁਣ ਇਹਨੂੰ ਕਹਿ ਦਵਾ ਗਾਣਾ ਗੱਡੀ ਜਾਵੇ ਕੀ ਨਾਂ ਜੀ ਤੁਹਾਡਾ ਮੱਖੀ ਜੀ ਇਹ ਜਨਾਬ ਮਹਤਰਮ ਬਾਇਜ਼ਤ ਜਨਾਬ ਦਾ ਨਾਂ ਇਹਨਾਂ ਦਾ ਨਾਮ ਆ ਜੀ ਦੁਰਮਤ ਟੇਲਰ ਦੁਰਮਤ ਟੇਲਰ ਟੇਲਰ ਔਰ ਮੈਨੂੰ ਲੱਗਦਾ ਤੁਸੀਂ ਹਟਣਾ ਨਹੀਂ ਇਹਦਾ ਟੇਲਰ ਵੇਖਿਓ ਬਗੈਰ ਨਹੀਂ ਨਹੀਂ ਮੈਂ ਦੇਖ ਰਿਹਾ ਇੱਕ ਕੈਂਚੀ ਛੜਵੀ ਇੰਚ ਦੀ ਮਾਰਦਾ ਵਾ ਹਾਂ ਉਹ ਕਿਉਂਕਿ ਲੇਕਿਨ ਇਹਦਾ ਨਿਸ਼ਾਨਾ ਨਹੀਂ ਲੱਗਦਾ ਹੁਣਾ ਕਿਉਂ ਨਹੀਂ ਨਹੀਂ ਉਪਰਲੀ ਅੱਖ ਵੇਖ ਲੈ ਮਿੱਟੀ ਹੈ ਸਿਰਫ ਨਿਸ਼ਾਨੇ ਵਾਸਤੇ ਨਹੀਂ ਉਹ ਮੈਨੂੰ ਨਿਸ਼ਾਨਾ ਦਾ ਬਹੁਤ ਆ ਅੱਲਾ ਲੋ ਮਿੱਟੀ ਹੋਈ ਹੈ ਉਹ ਕਹਿਣ ਨਹੀਂ ਅੱਗੇ ਤੁਹਾਨੂੰ ਡਿਆ ਕਿ ਮੈਂ ਸੂਟ ਇੰਜ ਕਰਕੇ ਮਸ਼ੀਨ ਦੀ ਸੀਟਾ ਸਿੱਪ ਕੇ ਬਾਹਰ ਆ ਜਾਂਦਾ ਉਹ ਭਾਈ ਮੈਂ ਹਰ ਗਰੀਬ ਨੂੰ ਅਮੀਰ ਨੂੰ ਛੋਟੇ ਨੂੰ ਵੱਡੇ ਨੂੰ ਮਾੜੇ ਨੂੰ ਤਗੜੇ ਨੂੰ ਇੱਕਾਥੇ ਨਾਲ ਵੇਖਣਾ ਮੇਰੀ ਨਜ਼ਰ ਚ ਸਭ ਦੀ ਇੱਜ਼ਤ ਇੱਕ ਹੈ ਹਾਂ ਜੀ ਹਾਂ ਤੇਰੀ ਨਜ਼ਰ ਚ ਨਹੀਂ ਆ ਮੈਂ ਤੇਰਾ ਹਿਸਾਬ ਲਾ ਲਿਆ ਵਾ ਇਹ ਮੁੰਡਾ ਪੀਪਾ ਨਹੀਂ ਵਜਾਉਂਦਾ ਰੋਜ਼ਿਆਂ ਉਹ ਉਹ ਨਹੀਂ ਹੈ ਭਾਈ ਉਹ ਯਾਰ ਇਹਨੂੰ ਇਧਰੋਂ ਵੇਲ ਨਹੀਂ ਆ ਪਹਿਲੇ ਰੋਜ਼ੇ ਤੋਂ ਲੈ ਕੇ ਹੁਣ ਤੱਕ ਤੇ ਤੂੰ ਇਹਦੇ ਕੋ ਪੀਪਾ ਵਜਵਾਈ ਜਾ ਯਾਰ ਉਹ ਚੰਗਾ ਭਲਾ ਕਾਰੀਗਰ ਅੱਛਾ ਕਾਰੀਗਰ ਆ ਨਹੀਂ ਤੈਨੂੰ ਮੈਂ ਕਿਤੇ ਗਲੀ ਚ ਦੇਖਿਆ ਹੈ ਕਿਸੇ ਉਹ ਭਾਈ ਗੱਲ ਕਰ ਲੈ ਤੂੰ ਯਾਰ ਬਾਅਦ ਲੈਸ ਲਾ ਲਿਆ ਜੀ ਧੰਨਵਾਦ ਦੀ ਪਈ ਹੋਈ ਏ ਤੁਸੀਂ ਆ ਮੇਰਾ ਭਰਾ ਨਾ ਜੇ ਤੇ ਤੁਸੀਂ ਸੂਟ ਦੇਣੇ ਆ ਤੇ ਤੁਹਾਨੂੰ ਇਦੋਂ ਬਾਅਦ ਮਿਲਨੇ ਆ ਇਦੋਂ 10 ਦਿਨ ਬਾਅਦ ਇਹ ਚਾਂਦ ਰਾਤ ਨੂੰ ਲੈਣੇ ਨੇ ਹਾਂਜੀ ਚਾਂਦ ਰਾਤ ਨੂੰ ਚਾਂਦ ਰਾਤ ਨੂੰ ਫੇ ਜਿਵੇਂ ਦੇ ਕੇ ਚੱਲਣਾ ਐਵੇਂ ਲੈ ਜੀ ਦੱਸੋ ਕੀ ਦੱਸਾਂ ਉਹ ਯਾਰ ਉਹਦਾ ਕੀ ਦੱਸਾਂ ਉਹ ਯਾਰ ਮੈਂ ਕੀ ਕਤਲ ਕਰ ਬੈਠਾ ਤੇਰਾ ਯਾਰ ਤੂੰ ਮੇਰੇ ਤੇ ਸਿਰੇ ਹੋਇਆ ਹੈ ਨਹੀਂ ਉਹ ਤਾਂ ਕਵੇ ਠੀਕ ਹੈ ਗੱਲ ਤੂੰ ਤੂੰ ਕਿੱਦਾ ਦੇਖਣ ਡਿਆ ਮੇਰੇ ਯਾਰ ਯਾਰ ਤੈਨੂੰ ਮਰਿਆ ਲੱਗਣ ਡਿਆ ਹੈ ਖੁਦਾ ਦਾ ਨਾ ਭਾਈ ਮੇਰੇ ਸਿਰੇ ਨਹੀਂ ਹੈ ਤੈਨੂੰ ਕੀ ਲੱਗਣ ਡਿਆ 2 ਸਾਲ ਹੋ ਗਏ ਉਹ ਮਰ ਚੁਕੇ ਸਿਰਫ ਕਫਨ ਤੁੱਕੋ ਬਿਰਣ ਡਿਆ ਯਾਰ ਤੂੰ ਉੱਤੇ ਰੋ ਵੀ ਪਾਈ ਜਾ ਰਿਹਾ ਹੈ ਅਸੀਂ ਕੱਲ੍ਹ ਉਹ ਸੀ ਨਹੀਂ ਸੀਣਾ ਸੂਟ ਕਫਨ ਦੁੱਖੋਂ ਮਤਲਬ ਓਏ ਆ ਹੋਗੇ ਤੈਨੂੰ ਮਰਿਆ ਨਜ਼ਰ ਆਉਂਦੇ ਆ ਕਿ লাশ ਤੂਰੀ ਫਿਰਦੀ ਐ ਨੂੰ ਕਿਸੇ ਨੇ ਕਫਨ ਨਹੀਂ ਦਿੱਤਾ 2 ਸਾਲ ਹੋ ਗਏ ਆ ਓ ਪਾਜੀ ਉਹ ਦਿਨ ਦਿਹਾੜ ਬੱਚੇ ਨਹੀਂ ਛੋਟੇ ਛੋਟੇ ਕੀ ਹੋਰ ਗੱਲ ਕਰ ਲੈ ਤੇਰੀ ਮਿਹਰਬਾਨੀ ਇਹੀ ਗੱਲ ਮੈਂ ਕਹਿੰਦੇ ਆ ਕਿ ਦਿਨ ਦਿਹਾੜ ਆਂਦੇ ਆ ਸੂਟ ਸੀਂਦੇ ਹੋ ਮੇਰੇ ਮਰਨ ਤਾਂ ਤੈਨੂੰ ਬੜਾ ਡਰ ਲੱਗਣ ਡਿਆ ਸੂਟ ਸੂਟ ਸੀਓ ਨਹੀਂ ਪਾਜੀ ਇਹ ਜੋ ਤੁਸੀਂ 2 ਸਾਲ ਪਹਿਲੇ ਲਗਾਇਆ ਆ ਹਾਂਜੀ ਉਦੋਂ ਅਸੀਂ ਕਿ ਤੁਹਾਨੂੰ ਕਿਹਾ ਸੀ ਅਸੀਂ ਨਹੀਂ ਸੀਂਦੇ ਉਦੋਂ ਕਿਉਂ ਨਹੀਂ ਸਵਾਇ ਤੂੰ ਉਹ ਯਾਰ ਮੈਨੂੰ ਸੂਟ ਪਸੰਦ ਆ ਮੈਂ ਲੈ ਗਿਆ ਹੁਣ ਈ ਦਾ ਹੀ ਆ ਤਾਂ ਮੈਂ ਸਮਾ ਲੈਣੇ ਬਸ ਕੋਈ ਯਾਰ ਤੂੰ 2 ਸਾਲਾਂ ਬਾਅਦ ਕਿਉਂ ਆਇਆ ਏਦੀ ਹਾ ਬੜੀ ਭੈੜੀ ਜੇ ਇਹ ਦੋਲੇਸ਼ਾ ਦਾ ਚੂਆ ਇਹ ਯਾਰ ਹੋਵੇ ਨਾ ਹੋਵੇ ਇੱਕ ਦੁਰਮਟ ਖਾਂ ਦੀ ਤੇ ਇੱਕ ਬਿੱਲੀ ਦੀ ਹਾਂ ਪਰ ਇਸਤੇ ਬਦਵਾ ਇੰਜ ਜਾਂਦੀ ਜਿਵੇਂ ਆਉਣ ਦਾ ਹੱਕ ਆ ਹਾਂਜੀ ਇਹਨੂੰ ਨਾ ਛੇੜ ਇਹਨੂੰ ਦੇਸੀ ਨਹੀਂ ਡਰਦੇ ਛੇੜਦੇ ਉਹ ਵੇਖ ਲੈ ਇਸਤਰੀ ਕਰੀ ਜਾਂਦਾ ਮਸ਼ੀਨ ਤੇ ਨਹੀਂ ਬਹਿਣ ਰਿਹਾ ਮੇਰੀ ਬਦਵਾਰਸ਼ ਦੇ ਕਿੰਗਲੇ ਲਾ ਦਿੰਦੀ ਦੁਆ ਕਰ ਦੇਣੀ ਮਲੰਗਾ ਸਾਡੇ ਵਾਸਤੇ ਬਸ ਐ ਹਜ਼ੂਰ ਤੁਹਾਨੂੰ ਨਜ਼ਰ ਹੋ ਗਈ ਏ ਇਹ ਤੁਹਾਡੇ ਨੇ ਉਹਦੀ ਨਜ਼ਰ ਫੇਰ ਨਹੀਂ ਠੀਕ ਹੋਣੀ ਚਲੋ ਮੇਰਾ ਵੀਰ ਇਦੋਂ ਬਾਅਦ ਚਲੋ ਯਾਰ ਸੀਨ ਦੇਂਦੇ ਤੇ ਚੰਗਾਈ ਸੀਗਾ ਨਹੀਂ ਭਾਜੀ ਨਹੀਂ ਸੀਪਣੇ ਐਵੇਂ ਮਾੜੀ ਗੱਲ ਆ ਕਿਸੇ ਨੂੰ ਧੋਖੇ ਚ ਰੱਖਣਾ ਇਹ ਕੀ ਏ ਦੇਖਿਓ ਇਹ ਜਿਹੜੇ ਮੈਂ ਦਿੱਤੇ ਸੀਗੇ ਇਹ ਤੁਹਾਡਾ ਹੁਣ ਮੇਨੂੰ ਨਜ਼ਰ ਆ ਗਈ ਆ ਮੈਨੂੰ ਨਜ਼ਰ ਆਉਂਦੇ ਆ ਮੈਂ ਐਡਾ ਪਾਗਲ ਨਹੀਂ ਹੈਗਾ ਇਹ ਹਜ਼ਾਰ ਮੋੜ ਜਦੋਂ ਭਾਜੀ ਦੇ ਦਿੱਤੇ ਆ ਤੁਸੀਂ ਨਜ਼ਰ ਦਿੱਤੀ ਆ ਫਿਰ ਹੁਣ ਕਿਉਂ ਉੱਤੇ ਨਜ਼ਰ ਰੱਖਣਾ ਹਜ਼ਾਰ ਤੁਸੀਂ ਲੈ ਲਿਆ ਸੂਟ ਨਹੀਂ ਲੈਣਦੇ ਤੁਸੀਂ ਨਜ਼ਰ ਦੇ ਕੇ ਆਪਦੇ ਨਜ਼ਰਾਂ ਬਰੰਗ ਨਾ ਕਰੋ ਸਮਝ ਲੱਗੀ ਨਾ ਤੁਹਾਡੀ ਨਜ਼ਰ ਦੇ ਵਿੱਚ ਮੈਨੂੰ ਕੋਈ ਸ਼ੱਕ ਲੱਗਦਾ ਜਾਓ ਹੁਣ ਅੱਲਾ ਤੁਹਾਡੀ ਖੈਰ ਕਰੇ ਇਹ ਦੋ ਬਾਤ ਦਿਓ ਇਹ ਦੋ ਬਾਤ ਸੀਵਾਂਗੇ ਇਨਸ਼ਾਅੱਲਾ ਵਿੱਚ ਨਾ ਪਾਈ ਜਾ ਕੀ ਇਹ ਹਾਂ ਪੁੱਤ ਜੀ ਫੱਟਦਾ ਨਹੀਂ ਫਿਰ ਮੈਂ ਦੂਜੇ ਪਾਸੇ ਲਿਆਉਣ ਡਿਆ ਮਣ ਜਾਣ ਲੈ ਤੂੰ ਇਹ ਪਾਗਲੇ ਇਹ ਪਾਗਲਿਆ ਇਹ ਅਸੀਂ ਜਿਹੜੇ ਸੂਟ ਸੀ ਕੇ ਜਿਹੜੇ ਧਾਗੇ ਵੱਜ ਜਾਂਦੇ ਨੇ ਨਾ ਓਏ ਤੂੰ ਦਰਜ਼ੀਆਂ ਦੇ ਵਿੱਚੋਂ ਮਲੰਗ ਹੋਇਆ ਮੈਨੂੰ ਮੇਰਾ ਦਿਮਾਗ ਨਾ ਖਰਾਬ ਕਰੀ ਹੁਣ ਤੱਕ ਨਾ ਨਾ ਦੁਰਮੜਖਾਂ ਕੀ ਹੋਇਆ ਹਾਂ ਹਿ ਇਦਾਂ ਦਾ ਬੰਦਾ ਈਦ ਵਾਲੇ ਦਿਨ ਮਾਰ ਕੇ ਸਾਰਿਆਂ ਦੀ ਈਦ ਖਰਾਬ ਕਰ ਦਿੰਦਾ ਖੁਦਾ ਦਾ ਨਾਂ ਹੀ ਜਾ ਇੱਕ ਚੱਕਰੇ ਓ ਯਾਰ ਇਹ ਗੋਲ ਹਜ਼ਾਰ ਆ ਗਿਆ ਨਾ ਮੋਟ ਰਖ ਜਾਓ ਬਾਜੀ ਓਕੇ ਧਮਾਲ ਪਾਇਆ ਕਰਕੇ ਤੇ ਜਾ ਕੇ ਇਹ ਦਰਜ਼ੀਆਂ ਵਾਲਾ ਕੰਮ ਤੇਰਾ ਨਹੀਂ ਹੈਗਾ ਓ ਯਾਰ ਤੇਰੇ ਪੀਰਾਂ ਦਾ ਹੋਰ ਸੀ ਕਿ ਤੇਨੇ ਧਮਾਲ ਪਾਉਣੀ ਆ ਜਾ ਕਿ ਤਾ ਹੋਰ ਲੈ ਵਾਲਾ ਧਮਾਲੀਆ ਜਿੱਥੇ ਧਮਾਲ ਮੈਂ ਪਾਈ ਨਾ ਫਰਸ਼ 5-5 ਫੁੱਟ ਥੱਲੇ ਜਾਣਾ ਹਾਂਜੀ ਐਵੇਂ ਨਹੀਂ ਦੁਰਮਟ ਹੈਗਾ ਇਹਦਾ ਹਾਂਜੀ ਇਹ ਜਿੱਥੇ ਤਮਾਲ ਪਾ ਦਵੇ ਉਥੇ ਅੱਲਾ ਦੀ ਰਮਨਾਂ ਟੋਏ ਪੈ ਜਾਂਦੇ ਨੇ ਯਾਰ ਇਹ ਮਤਲਬ ਕਿ ਮੂੰਹ ਨਾਲੋਂ ਦਰਜੇ ਤੁਸੀਂ ਜਾਂ ਚੰਗੇ ਭਲੇ ਦਰਜੀ ਲੱਗ ਰਹੇ ਲੇਕਿਨ ਇਹਦਾ ਨਾ ਕੋ ਮੂੰਹ ਦਰਜ਼ੀਆਂ ਵਾਲਾ ਨਹੀਂ ਹੈ ਯਾਰ ਤੈਨੂੰ ਆਵਾਰਾ ਰਿੱਚ ਲੱਗਣ ਡਿਆ ਕੀ ਲੱਗਣ ਡਿਆ ਤੈਨੂੰ ਨਹੀਂ ਮੈਂ ਕੀ ਤੈਨੂੰ ਦੱਸਾਂ ਮਤਲਬ ਕਿ ਡਰਾਮਿਆਂ 'ਚ ਸਟੇਜ ਡਰਾਮੇ ਤੂੰ ਕੰਮ ਕਰਦਾ ਤੂੰ ਕਰ ਜੁਗਤਾ ਯਾਰ ਇਹਨੂੰ 10-15 ਅੱਛਾ ਇਹ ਦਰਜੀਆ ਦਾ ਕੰਮ ਕਰਦਾ ਤੂੰ ਸਾਨੂੰ ਨਾ ਸੁਣਾਉਣਾ ਇੱਥੇ ਚੱਲ ਬਾਹਰ ਹਾਂ ਡਰਾਮੇ 'ਚ ਕੰਮ ਕਰਦਾ ਕੰਮ ਕਰ ਆਪਣਾ ਜਾ ਕੇ 2 ਸਾਲ ਪਹਿਲੇ ਲੈ ਗਏ ਆ ਤੂੰ ਇਹਦੇ ਪੋਣੇ ਬਣਾ ਲੈਣੇ ਸੀ ਪ ਪਾਗਲ ਪਾਗਲ ਇਹ ਤੂੰ ਬੜਾ ਤੰਦਰੁਸਤਾਂ 2 ਸਾਲ ਪਹਿਲੇ ਦੇ ਕੱਪੜੇ ਲੈ ਆਏ ਹੋਏ ਸੁਵਾਨ ਅੱਜ ਆਇਆ ਉਹ ਯਾਰ ਮੇਰੀ ਮਰਜ਼ੀ ਮੈਂ ਭਾਵੇਂ ਦੱਸਾਂ 5 ਸਾਲਾਂ ਬਾਅਦ ਸਮਾਵਾਂ ਤੂੰ ਯਾਰ ਸਾਡੀ ਮਰਜ਼ੀ ਅਸੀਂ ਨਾ ਸੀਏ ਜਾ ਮੇਰਾ ਭਰਾ ਲੜਾਈ ਨਾ ਕਰਾਈ ਜਾ ਤੂੰ ਤੇਰਾ ਬਹੁਤ ਦਿਮਾਗ ਖਰਾਬ ਆ ਲੜਾਈ ਹੋ ਜਣੀ ਇੱਥੇ ਉਹ ਯਾਰ ਇਹਦਾ ਸਿਰ ਫੇਰ ਜਾਵੇ ਸਿੱਧੀਆਂ ਦੰਦੀਆਂ ਵੜਦਾਈ ਸਮਝ ਲੱਗੀ ਆ ਕਿ ਨਹੀਂ ਜਾ ਚਲੇ ਜਾ ਜੀਬ ਗੱਲ ਹੈ ਮੈਂ ਕਿਨਬਗੀ ਹੋ ਹੋਰ ਨਾ ਕੀ ਡਰਾਮਾ ਨਾ ਨਾ ਨੇ ਨੇ ਤੂੰ ਲਾਲਾ ਡਰਾਮਾ ਉਹ ਨਾ ਯਾਰ ਹੈਲੋ ਲਾਲਾ ਡਰਾਮਾ ਉਹ ਡਰਾਮਾ ਭਾਈ ਰੋਦਿਆਂ ਦਾ ਕਰਕੇ ਨਹੀਂ ਲੱਗਣ ਦਾ ਇਹ ਵਾਲੇ ਦੇ ਨਹੀਂ ਲੱਗਣੇ ਆ ਕੀ ਏ ਕੀ ਨੌਲਾ ਆ ਆਪ ਉਹ ਨੰਦਾ ਅੱਗੇ ਹਜ਼ਾਰ ਫੜਨ ਵਾਰੀ ਮੈਨੂੰ ਨਹੀਂ ਅੱਗੇ ਕੀਤਾ ਲੜਾਈ ਵਾਰੀ ਮੈਨੂੰ ਅੱਗੇ ਕਰੀ ਜਨਾ ਤੈਨੂੰ ਕੋਈ ਸ਼ਰਮ ਜਾ ਨਹੀਂ ਹੈਗਾ ਚਲ ਤਹ ਹੋ ਜਾ ਕੰਮ ਕਰ ਜਾ ਕੇ वैसे बंदे वाली गल ਤੁਹਾਡੇ ਚ ਵੀ ਨਹੀਂ ਹੈਗੀ ਤੇਰੇ ਚ ਬੜੀ ਬੰਦੇ ਵਾਲੀ ਗੱਲ ਆ ਉਹ ਬੰਦਾ ਕਿ ਮੇਰੇ ਗੱਲ ਪੈਜਾ ਮੈਂ ਕੰਮ ਤੁਹਾਡੇ ਕੋਲ ਕਰਨਾ ਪਿਆ ਮੇਰੇ ਨਫਾ ਨੁਕਸਾਨ ਤੇ ਤੁਸੀਂ ਜ਼ਿੰਮੇਦਾਰ ਜੀ ਮੈਂ ਜ਼ਿੰਮੇਦਾਰ ਆ ਚੱਲ 2 500 ਦੇ ਲੈ ਕੇ ਆ 500 ਮੈਨੂੰ ਦੇ ਕਹਦਾ 500 ਦਾ ਮੈਂ ਹਜ਼ਾਰ ਨਹੀਂ ਲਿਆ ਤੋ ਉਹਨੇ ਮੈਨੂੰ ਦਿੱਤਾ ਮੇਰੀ ਨਜ਼ਰ ਵੇਖੋ ਮਾਰੀ ਡੈਮੇਜ ਮੈਨੂੰ ਨਜ਼ਰ ਹੋ ਗਈ ਹੈ ਉਹਨੇ ਨਜ਼ਰ ਦਿੱਤੀ 5000 ਰੁਪਿਆ ਮੈਨੂੰ ਚਲੋ ਕੋਈ ਕੰਮ ਵੀ ਕਰ ਲਓ ਮੈਨੂੰ ਹੁਣ ਧੱਕਾ ਨਾ ਦੇਵੀਂ ਮੈਂ ਤਲਸਣਾ। ਚਪੇਟ ਮਾਰ ਕੇ ਨਾ ਮੂੰਹ ਰੋਟੀ ਵਰਗਾ ਕਰ ਦੇਣਾ। ਚਪੇਟ ਮਾਰ ਕੇ ਮੂੰਹ ਰੋਟੀ ਵਰਗਾ ਕਰ ਦੇਣਾ। 24 ਘੰਟੇ ਤੈਨੂੰ ਭੁੱਖ ਹੀ ਲੱਗੀ ਰਹਿੰਦੀ ਐ। ਭੁੱਖ ਲੱਗੀ ਰਹਿੰਦੀ ਐ। ਕੰਮ ਕਰ। ਤੂੰ ਬਾਜਰਾ ਖਾਣ ਨਾ ਤੈਨੂੰ ਨਹੀਂ ਭੁੱਖ ਲੱਗਦੀ। ਮੈਂ ਤੈਨੂੰ ਛਿੱਤਰ ਬੜੇ ਮਾਰਨੇ ਆ।